ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਪੰਜਾਬ ਦੇ ਵਿੱਚੋਂ ਜਿਹੜਾ ਅੱਗੇ ਤੇ ਸਾਡੇ ਤੇ ਕਰਜ਼ੇ ਵਾਲਾ ਕਲੰਕ ਲੱਗਦਾ ਸੀ ਤੇ ਐਵੇਂ ਜਿਕਰੀ ਸਾਡੇ ਤੇ ਜਿਹੜਾ ਪੈਰ ਪਸਾਰ ਰਿਹਾ ਨਸ਼ਾ ਪੰਜਾਬ ਦੇ ਵਿੱਚ, ਉਹਨੂੰ ਰੋਕਣ ਵਾਸਤੇ ਅਸੀਂ ਪੰਜਾਬ ਦੀ ਮੀਟਿੰਗ ਹੋਈ। ਸਾਡੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਭਾਰਤੀ ਕਿਸਾਨ ਜਨ ਏਕਤਾ ਸਿੱਧੂਪੁਰ ਇਕੱਲੇ ਨੇ ਨਹੀਂ, ਨਾਲ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜ, ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਮੰਗ ਪੱਤਰ ਦੇ ਰਹੇ ਹਾਂ। ਮੰਗ ਪੱਤਰ ਅਸੀਂ ਅੱਜ ਦੋ ਦੇ ਰਹੇ ਹਾਂ, ਇੱਕ ਤਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜਾ ਹੜ੍ਹ ਪੀੜਤਾਂ ਦਾ ਨੁਕਸਾਨ ਹੋਇਆ ਉਹਦੇ ਮੁਆਵਜ਼ੇ ਲਈ, ਨਾਲ ਜਿਹੜਾ ਨਸ਼ੇ ਦਾ ਮੂਵਮੈਂਟਾਂ ਚੱਲ ਰਹੀਆਂ ਪਿੰਡਾਂ ਵਿੱਚ, ਕਮੇਟੀਆਂ ਵੜ ਰਹੀਆਂ, ਮਾਨਸਾ ਦੇ ਵਿੱਚ ਸਾਡਾ ਪੱਕਾ ਮੋਰਚਾ ਚੱਲ ਰਿਹਾ, ਉਹ ਨੌਜਵਾਨਾਂ ਨੂੰ ਰਿਹਾਅ ਕਰਾਉਣ ਵਾਸਤੇ, ਝੂਠੇ ਪਰਚੇ ਰੱਦ ਕਰਵਾਉਣ ਵਾਸਤੇ ਅਤੇ ਨਸ਼ੇ 'ਤੇ ਪੰਜਾਬ ਸਰਕਾਰ ਫੌਰੀ ਮੀਟਿੰਗ ਸੱਦੇ, ਇੱਕ ਮਸਲਾ ਚੱਲਦਾ। ਨਾਲ ਦੂਜਾ ਜਿਹੜਾ ਮਣੀਪੁਰ ਦੇ ਵਿੱਚ ਜਿਹੜਾ ਸਾਡੀਆਂ ਧੀਆਂ 'ਤੇ ਅੱਤਿਆਚਾਰ ਹੋਇਆ ਅਤੇ ਨਾਲ ਉਹਦੀ ਅੱਗ ਉੱਥੇ ਦੱਬੀ ਨਹੀਂ, ਉਹ ਪਲੇਟ ਹਰਿਆਣੇ ਦੇ ਵਿੱਚ ਵੀ ਆ, ਹਰਿਆਣੇ 'ਚ ਵੱਡੇ ਪੱਧਰ 'ਤੇ ਸਾਡਾ ਨੁਕਸਾਨ ਹੋ ਰਿਹਾ। ਤਾਂ ਅਸੀਂ ਦੋ ਮੰਗ ਪੱਤਰ, ਉਹ ਜਿਹੜਾ ਮੰਗ ਪੱਤਰ ਅਸੀਂ DC ਰਾਹੀਂ ਰਾਸ਼ਟਰਪਤੀ ਨੂੰ ਦੇਵਾਂਗੇ, ਉਹਦੇ ਵਿੱਚ ਅੱਜ ਸਾਡਾ ਜਿਹੜਾ ਫੈਸਲਾ ਸਾਰੇ ਪੰਜਾਬ ਦੇ ਵਿੱਚ ਬਈ ਮਾਰਚ ਬਣਾ ਕੇ, ਜਿਵੇਂ ਬਠਿੰਡਾ ਜ਼ਿਲ੍ਹੇ ਵਾਲੇ ਸਾਡੇ ਕਿਸਾਨ ਆਗੂ ਇਹ ਉੱਥੋਂ ਰੇਲਵੇ ਸਟੇਸ਼ਨ ਤੋਂ ਪਿੱਛੋਂ ਲੈ ਕੇ ਆਏ ਨੇ ਮਾਰਚ ਬਣਾ ਕੇ, ਇੱਥੋਂ ਮਾਰਚ ਬਣਾ ਕੇ ਇਕੱਠੇ ਅਸੀਂ DC ਨੂੰ ਮੰਗ ਪੱਤਰ ਦੇਵਾਂਗੇ। ਫੌਰੀ ਆਸ ਕਰਾਂਗੇ ਉਹਨਾਂ ਤੋਂ ਕਿ ਇਸ ਮੰਗ ਪੱਤਰ 'ਤੇ ਗੌਰ ਕਰਨ ਅਤੇ ਜਿਹੜੀਆਂ ਮੰਗਾਂ ਪਾਈਆਂ ਨੇ ਫੌਰੀ ਉਹ ਲਾਗੂ ਕਰਨ, ਅਗਰ ਨਹੀਂ ਕਰਦੇ ਤਾਂ ਫਿਰ ਦੁਬਾਰਾ ਸਾਡੀ ਮੋਰਚੇ ਦੀ ਮੀਟਿੰਗ ਸੱਦ ਕੇ ਕੱਲ੍ਹ ਨੂੰ ਜਾਣੇ ਜਲੰਧਰ ਦੇ ਵਿੱਚ ਸਾਡੀ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ। ਅੱਜ ਦੇ ਮੰਗ ਪੱਤਰ 'ਤੇ ਸਰਕਾਰ ਦਾ ਰਵੱਈਆ ਕਿਹੋ ਜਿਹਾ, ਲੋਕਾਂ ਨੇ ਕਿੰਨਾ ਸਹਿਯੋਗ ਦਿੱਤਾ ਹੈ, ਇਹ ਸਾਰੀਆਂ ਗੱਲਾਂ 'ਤੇ ਵਿਚਾਰ ਕੇ ਕੱਲ੍ਹ ਨੂੰ ਜਲੰਧਰ ਦੇ ਵਿੱਚ ਸਾਡੀ ਸੰਯੁਕਤ ਕਿਸਾਨ ਮੋਰਚਾ ਗੈਰਾਜ ਦੀ ਮੀਟਿੰਗ ਹੈ, ਉਹਦੇ ਵਿੱਚ ਇਹ ਵਿਚਾਰਾਂਗੇ। ਅਤੇ ਮੈਂ ਆਸ ਕਰਦਾ ਸਰਕਾਰ ਤੋਂ ਕਿ ਲੋਕਾਂ ਨੂੰ ਬਹੁਤ ਵਾਰੀ ਪਰਖ ਕੇ ਤੁਸੀਂ ਵੇਖ ਲਿਆ, ਬਹੁਤ ਵਾਰੀ ਲੋਕਾਂ ਨੂੰ ਬਦਨਾਮ ਕਰਕੇ ਵੇਖ ਲਿਆ, ਇੱਕ ਅੱਧੀ ਉਦਾਹਰਨ ਤੋਂ ਸਿੱਖ ਲੈਣਾ ਚਾਹੀਦਾ ਹੈ। ਜੇ ਅਸੀਂ 13 ਮਹੀਨੇ ਲੜ ਕੇ 800 ਕਿਸਾਨ ਸ਼ਹੀਦ ਕਰਾ ਲਿਆ, ਜਿਹੜਾ ਇੱਕ ਵੀ ਆਵਾਜ਼ ਨਹੀਂ ਦਿੰਦਾ ਸੀ, ਪ੍ਰਧਾਨ ਮੰਤਰੀ ਤੋਂ ਇੰਨੇ ਲੋਕ ਡਰਦੇ ਸੀ ਵੀ ਜੋ ਇਹਨੇ ਕਹਿਤਾ ਇਹ ਤਾਂ ਪਿੱਛੇ ਨਹੀਂ ਹਟਦਾ, ਅਤੇ ਜੇ ਲੋਕ ਉਹ ਕਾਨੂੰਨ ਰੱਦ ਕਰਵਾ ਸਕਦੇ ਨੇ ਉਸੇ ਰਾਜ ਸਭਾ 'ਚ, ਉਸੇ ਪਾਰਲੀਮੈਂਟ 'ਚ, ਤਾਂ ਉਹੀ ਵਾਪਸ ਕਰ ਸਕਦੇ ਨੇ। ਫਿਰ ਆਹ ਜਿਹੜੀਆਂ ਗੱਲਾਂ ਇਹ ਲੋਕ ਲੜਨ ਜਾਣਦੇ ਨੇ, ਪੰਜਾਬ ਸਰਕਾਰ ਨਾ ਪਰਖੇ ਲੋਕਾਂ ਨੂੰ, ਲੋਕਾਂ ਫੌਰੀ ਮੀਟਿੰਗ ਸੱਦੇ ਅਤੇ ਜਿਹੜਾ ਉਹਨੇ ਕਿਹਾ ਹਾਸੋਹੀਣ ਹੈ, ਅਸੀਂ ਤਾਂ ਕਹਾਂਗੇ ਜਿਹੜੇ ਬਿਆਨ ਦਿੰਦਾ ਮੁੱਖ ਮੰਤਰੀ, ਉਹਨੇ ਮੁਰਗੀਆਂ ਦਾ ਨਾਂ ਲੈ ਲਿਆ, ਜਾਣੇ ਸਾਡਾ ਮਜ਼ਾਕ ਉਡਾਉਂਦਾ ਵੀ ਮੁਰਗੀਆਂ ਦੇ ਬੱਕਰੀਆਂ ਦੇ, ਤਾਂ ਨਾਲ ਮੁੱਖ ਮੰਤਰੀ ਨੂੰ ਅਸੀਂ ਇਹ ਸਲਾਹ ਵੀ ਦਿੰਦੇ ਹਾਂ ਵੀ ਘੱਟੋ ਘੱਟ ਤੂੰ ਜਿਹੜੀ ਪਿਛਲੀਆਂ ਮੀਟਿੰਗਾਂ ਕਰਦਾ ਸਾਡੇ ਨਾਲ ਇਹ ਤਾਂ ਵਿਚਾਰ ਲਿਆ ਕਰ, ਤੂੰ ਗਾਈਆਂ ਦਾ ਅੱਜ ਤੱਕ ਕੀ ਦਿੱਤਾ, ਸਾਡੇ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਉਹਨਾਂ ਦਾ, ਤੂੰ ਮੰਨਿਆ ਖੇਤੀ ਮੰਤਰੀ ਮੰਨਿਆ ਕਿ 30,000 ਰੁਪਇਆ ਅਸੀਂ ਇੱਕ ਪਸ਼ੂ ਦਾ ਦੇਵਾਂਗੇ, ਪਰ ਅੱਜ ਤੱਕ ਕੁਛ ਨਹੀਂ ਦਿੱਤਾ। ਚੈਣਾ ਵਾਰਸ ਨਾਲ ਝੋਨਾ ਮਰਿਆ ਉਹਦਾ ਕੁਛ ਨਹੀਂ ਦਿੱਤਾ, ਨਰਮਾ ਲੋਕਾਂ ਨੇ ਵਾਹਿਆ, ਨਰਮੇ ਦਾ ਤੂੰ ਕਿਹਾ ਮੈਨੂੰ ਪਤਾ ਹੈ ਜਿੰਨਾ ਖਰਚਾ ਆ ਗਿਆ ਅਸੀਂ ਦੇਵਾਂਗੇ, ਅੱਜ ਤੱਕ ਨਹੀਂ ਦਿੱਤਾ। ਜਣੇ ਕਣਕ ਮਰ ਗਈ, ਕਣਕ ਦਾ ਕੁਛ ਨਹੀਂ ਦਿੱਤਾ। ਇਵੇਂ ਜੇਕਰ ਗੱਲਾਂ ਬਾਤੀਂ ਐਵੇਂ ਐਸੇ ਹੜ੍ਹ ਪੀੜਤਾਂ ਦਾ ਜਿਹੜਾ ਨੁਕਸਾਨ ਹੋਇਆ, ਬਿਆਨ ਨਾਲ ਲੋਕਾਂ ਨੂੰ ਲੜਨ ਤੋਂ ਠੰਡਾ ਕਰਨ ਦਾ ਬਿਆਨ ਹੈ, ਦੇਣ ਨੂੰ ਕੁਛ ਨਹੀਂ। ਇਸ ਕਰਕੇ ਅਸੀਂ ਦੀ ਜ਼ੋਰਦਾਰ ਨਿਖੇਧੀ ਵੀ ਕਰਦੇ ਹਾਂ, ਪਰ ਲੋਕਾਂ ਨੂੰ ਅਮਲ ਦੇ ਵਿੱਚ, ਅਮਲ 'ਚ ਵਿਖਾਵੇ, ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਅਮਲ 'ਚ।
ਠੀਕ ਹੈ, ਵਿਰੋਧੀ ਪਾਰਟੀਆਂ ਨਿੰਦੀਆਂ ਲਿੰਦੀ ਜਾਣ, ਉਹਨਾਂ ਦੇ ਕੁਛ ਵੀ ਕਹਿਣ, ਪਰ ਸਰਕਾਰ ਦਾ ਹੁੰਦਾ ਮਸਲਾ ਮੌਕੇ 'ਤੇ ਕੰਮ ਕਰਕੇ ਦਿਖਾਉਣਾ, ਅੰਕੜੇ ਇਕੱਠੇ ਕਰਕੇ ਨਹੀਂ ਦਿਖਾਉਣਾ। ਵੱਡੇ ਵੱਡੇ ਅਸੀਂ ਅੱਗੇ ਦੇਖਦੇ ਹੁੰਦੇ, ਇਹੀ ਬੋਲਦੇ ਹੁੰਦੇ ਜੀ ਆਹ ਫਲੈਸ ਜੀ ਅਕਾਲੀ ਦਲ ਦੀ ਲਾਈ ਪਈ ਆ, ਕਾਂਗਰਸ ਦੀ ਲਾਈ ਪਈ ਆ, ਫਲਾਨਾ ਦੀ ਲਾਈ ਪਈ ਆ, ਬੀਜੇਪੀ ਦੀ ਲਾਈ ਹੈ। ਅੱਜ ਤੁਸੀਂ ਕਿਸੇ ਵੀ ਮੌਲ 'ਚ ਜਾਓ, ਕਿਸੇ ਵੀ ਕਿਤੇ ਮਾਰਕੀਟ 'ਚ ਖੜੋ, ਕਿਸੇ ਬੱਸ 'ਤੇ ਖੜੋ, ਅੱਜ ਭਗਵੰਤ ਮਾਨ ਦੀ ਹੈ। ਅਤੇ ਭਾਈ ਜੇ ਪ੍ਰਚਾਰ ਨਾਲ ਹੀ ਵਧਣਾ ਫਿਰ ਇਹਦਾ ਮਤਲਬ ਤੁਸੀਂ ਸਿੱਖ ਲਿਆ ਵੀ ਜਿਹੜਾ ਲੋਕਾਂ ਨੂੰ ਪੈਸਾ ਦੇਣ ਦੀ ਕੋਈ ਲੋੜ ਨਹੀਂ, ਆਹੀ ਜਿਹੜਾ ਰਾਹ ਹੈ ਸਾਡਾ, ਉਹ ਰਾਹ ਤੁਸੀਂ ਬਣਾਇਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜੇ ਵੱਡੀ ਗਿਣਤੀ ਤੁਹਾਨੂੰ ਉਹਨਾਂ ਤੋਂ ਅੱਕ ਕੇ 92 MLA ਬਣਾਏ ਆ ਨਾ, ਅਤੇ ਫਿਰ ਉਹ ਤਾਂ ਸਮਾਂ ਇੰਨਾ ਨੰਘਾ ਕੇ ਸੋਥੋਂ ਸਮਾਂ ਇੰਨਾ ਪੂਰਾ ਨਹੀਂ ਹੋਣ ਦੇਣਾ ਲੋਕਾਂ ਨੇ। ਲੋਕਾਂ ਦਾ ਰੋਹ ਹੈ ਜਿਹੜਾ ਉਹ ਦਿਸ ਰਿਹਾ ਨਾ ਅੱਜ, ਲੋਕ ਆਪਦੇ ਕੰਮ ਧੰਦੇ ਛੱਡ ਕੇ ਸੜਕਾਂ 'ਤੇ ਆਏ ਆ। ਜੇ ਪੰਜਾਬ ਦੇ ਵਿੱਚੋਂ ਨਸ਼ਾ ਨਹੀਂ ਰੋਕਿਆ, ਜੇ ਪੰਜਾਬ ਦੇ ਵਿੱਚ ਤੁਸੀਂ ਸੜ ਪੀੜਤਾਂ ਦਾ ਹੋਇਆ ਨੁਕਸਾਨ ਦਾ ਮਾਜਵਾ ਨਾ ਦਿੱਤਾ, ਤਾਂ ਫਿਰ ਲੋਕਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਮੁੱਖ ਮੰਤਰੀ। ਬਿਆਨਾਂ ਨਾਲ ਕੁਛ ਨਹੀਂ ਹੋਣਾ, ਲੋਕ ਕਰਕੇ ਵਿਖਾ ਲੋਕਾਂ ਨੂੰ, ਅਤੇ ਨਹੀਂ ਫਿਰ ਆਉਣ ਕੱਲ੍ਹ ਦੀ, ਮੈਂ ਜਿਵੇਂ ਪਹਿਲਾਂ ਵੀ ਕਿਹਾ, ਕੱਲ੍ਹ ਨੂੰ ਅਸੀਂ ਇਸ ਸਖ਼ਤ ਐਕਸ਼ਨ ਲਵਾਂਗੇ। ਅਤੇ ਨਾਲ ਦੀ ਨਾਲ ਮੈਂ ਜਿਹੜਾ ਮਾਨਸਾ ਸਾਡਾ ਮੋਰਚਾ ਚੱਲਦਾ, ਮਾਨਸਾ ਲਗਾਤਾਰ ਅਸੀਂ 2-3 ਪ੍ਰੋਗਰਾਮ ਕਰਿਆ ਹੈ, 21 ਦਾ, 17 ਦਾ, ਅਤੇ ਆਉਣ ਵਾਲਾ ਸਾਡਾ 14 ਤਰੀਕ ਦਾ। ਪੁਤਲੇ ਅਸੀਂ ਫੂਕਾਂਗੇ ਇੱਥੇ, ਅਸੀਂ ਮੁੱਖ ਮੰਤਰੀ ਦਾ, ਪੰਜਾਬ ਸਰਕਾਰ ਦਾ। ਦੂਜਾ ਜਿਹੜਾ ਆਪਣਾ ਮਣੀਪੁਰ ਦੇ ਵਿੱਚ ਜਿਹੜੀ ਘਟਨਾ ਹੋਈ, ਹਰਿਆਣੇ ਦੇ ਵਿੱਚ ਘਟਨਾ ਹੋਈ ਹੈ, ਉਹਨਾਂ ਦੇ ਪੁਤਲੇ ਫੂਕਾਂਗੇ, ਕਿਉਂਕਿ ਉਹਨਾਂ ਨੇ ਜਾਣ ਬੁੱਝ ਕੇ ਜਿਹੜਾ ਇੱਥੋਂ ਤੇ ਕਹਿ ਦੇਣਾ ਮੁੱਖ ਮੰਤਰੀ ਨੇ ਕਿ ਸਾਰੇ ਲੋਕਾਂ ਨੂੰ ਮੈਂ ਸੁਰੱਖਿਆ ਨਹੀਂ ਦੇ ਸਕਦਾ, ਅਤੇ ਲੋਕ ਤਾਂ ਮੰਨਦੇ ਨੇ, ਭਾਵੇਂ ਕਿਸੇ ਨੇ ਵੋਟ ਪਾਈ ਆ ਨਾ ਪਾਈ ਆ ਕਿਸੇ ਪਾਰਟੀ 'ਚ, ਲੋਕ ਮੰਨਦੇ ਨੇ ਵੀ ਸਾਡਾ ਮੁੱਖ ਮੰਤਰੀ। ਅਸੀਂ ਅੱਜ ਭਗਵੰਤ ਮਾਨ ਨੂੰ ਮੰਨਦੇ ਹਾਂ, ਭਾਵੇਂ ਅਸੀਂ ਵੋਟ ਪਾਈ ਆ ਨਹੀਂ ਪਾਈ, ਪਰ ਪੰਜਾਬ ਦੇ ਲੋਕ ਜੇ ਸਟੇਟ ਟੱਪ ਜਾਣ ਅਤੇ ਬਾਹਰਲੇ ਸਵਾਲ ਕਰਨ ਉਹਨੂੰ ਵੀ ਤੁਹਾਡੇ ਮੁੱਖ ਮੰਤਰੀ ਕੌਣ ਆ, ਉਹ ਕਹੂਗਾ ਸਾਡਾ ਮੁੱਖ ਮੰਤਰੀ ਭਗਵੰਤ ਮਾਨ। ਲੋਕ ਮੰਨ ਰਹੇ, ਤੇਰੇ ਉਹਦੇ ਮਨ ਨੂੰ ਨਹੀਂ ਲੱਗਦਾ ਵੀ ਮੈਂ ਸਾਰਿਆਂ ਨੂੰ ਸੁਰੱਖਿਆ ਨਹੀਂ ਦੇ ਸਕਦਾ। ਇਸ ਕਰਕੇ ਅੱਜ ਅਸੀਂ ਮੰਗ ਪੱਤਰ ਦੇਵਾਂਗੇ, ਫੌਰੀ ਸਰਕਾਰ ਨੂੰ ਇਹ 'ਤੇ ਅਮਲ ਕਰੇ, ਅਮਲ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ 'ਤੇ ਕਾਰਵਾਈ ਕਰੇ। ਨਹੀਂ ਅਗਰ ਫਿਰ ਜੇ ਸਰਕਾਰ ਪਿੱਛੇ ਨਿਯੋਗ, ਸਾਡੀ ਤਾਂ ਕਹਾਵਤ ਹੈ ਪੰਜਾਬੀਆਂ ਦੀ, ਅਸੀਂ ਤਾਂ ਕਹਿ ਦਿੰਦੇ ਹਾਂ ਗੱਲ ਦੇ ਵਿੱਚ ਵੀ ਦੁੱਧ ਤਾਂ ਦਿੰਦੀ ਹੈ ਬੱਕਰੀ ਪਰ ਮੀਂਗਣਾ ਘੋਲ ਕੇ, ਫਿਰ ਜੇ ਇਹਨਾਂ ਨੇ ਦੇਣਾ ਉਹ ਫਿਰ ਉਹ ਅਸੀਂ ਉਧਾਰ ਨੇ, ਇਹ ਦਿੱਲੀ ਨਾਲ ਰੁਲਦੀ ਹੈ, ਇਹ ਦੇਖ ਲਏ ਪੰਜਾਬ ਸਰਕਾਰ ਵੀ, ਫਿਰ ਅਸੀਂ ਪ੍ਰਚਾਰ ਨਾ ਹਟਣਾ ਕਿ ਲੋਕਾਂ ਨੂੰ ਕੁੱਟ ਕੇ ਦੇ।